ਸਾਸਕਾ ਸਾਰਿਆਂ ਦੀ ਹਲਚਲ ਸਵਾਗਤ ਤੁਹਾਡਾ ਇੱਕ ਹੋਰ ਗੱਲਬਾਤਾਂ ਦੇ ਰੋਮਾਂਚਕ ਪ੍ਰੋਗਰਾਮ ਦੇ ਵਿੱਚ। ਮਯੰਕੀ ਸੀਰੀਜ਼ ਦਾ ਪਤਾ ਨਹੀਂ ਕਿੰਨਵਾਂ ਪਾਰਟ ਆ ਗਿਆ, ਬਸ ਪਾਰਟ 'ਤੇ ਪਾਰਟ ਆਈ ਜਾਣੇ ਹੁਣ। ਸੋ ਆਓ ਗੱਲਾਂ ਬਾਤਾਂ ਦਾ ਰੋਮਾਂਚਕ ਪ੍ਰੋਗਰਾਮ ਸ਼ੁਰੂ ਕਰੀਏ। ਜਦੋਂ ਮਯੰਕ ਦਾ ਵਲੌਗ ਆਉਂਦਾ ਨਾ, ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ, ਮੈਸੇਜ ਆਉਣੇ ਸ਼ੁਰੂ ਹੋ ਜਾਂਦੇ। ਮੈਂ ਝੂਠ ਨਹੀਂ ਮਾਰਦਾ, ਸੱਚ ਹੈ, ਕਿਉਂਕਿ ਮੈਂ ਹਮੇਸ਼ਾ ਸੱਚ ਬੋਲਦਾ। ਬਾਈ ਜੀ, ਮਯੰਕੀ ਦਾ ਪ੍ਰੋਗਰਾਮ ਆ ਗਿਆ, ਰੋਮਾਂਚਕ ਕਰ ਦਿਓ, ਰੋਮਾਂਚਕ ਕਰ ਦਿਓ, ਕਰ ਦਿੰਦੇ ਹੈ। ਹੱਲ ਦੱਸ, ਇਹ ਦੀਪਾ ਨਾ ਐਡੀ ਤੇਜ਼ ਬੁਲਟ ਚਲਾਉਂਦਾ ਨਾ, ਇੱਕ ਤਾਂ ਬਖਸ਼ਦਾ ਨਹੀਂ ਕਿਸੇ ਨੂੰ, ਘਰੇ ਦੱਸ ਕੇ ਹਰਗੁਣ ਰੋ ਪਈ ਉੱਡਿਆ ਜਾਂਦਾ। ਆਓ ਗੱਲਾਂ ਬਾਤਾਂ ਦਾ ਰੋਮਾਂਚਕ ਪ੍ਰੋਗਰਾਮ ਸ਼ੁਰੂ ਕਰੀਏ। ਤੇ ਮਯੰਕ ਦਾ ਵਲੌਗ ਆ ਚੰਡੀਗੜ੍ਹ ਦੇ, ਸਿੱਧਾ ਹੀ ਵਲੌਗ ਪਾਉਣ ਲੱਗ ਗਿਆ। ਮੰਮੀ ਇਹਨਾਂ ਨੂੰ ਬਾਏ ਬੋਏ ਕਰ ਦਿੰਦਾ ਕਿ ਨਹੀਂ ਨਹੀਂ ਲੋੜ ਹੀ ਨਹੀਂ ਸੀ। ਅੱਜ ਡਿਨਰ ਹਮਾਨੀ, ਅੱਜ ਇਹ ਕੀ ਲਿਖਿਆ, ਏ ਜੇ ਐਚ, ਆਹ ਕਿਹੜਾ ਅੱਜ ਹੈ, ਏ ਡਬਲ ਜੇ ਨਹੀਂ ਹੁੰਦਾ ਅੱਜ ਤਾਂ, ਏ ਏ ਡਬਲ ਜੇ ਵੀ ਅੱਜ ਬਣ ਸਕਦਾ ਸੀ, ਪਰ ਏ ਜੇ ਐਚ। ਅੱਜ ਡਿਨਰ ਹਮਾਨੀ ਨੇ ਬਣਾਇਆ, ਮਯੰਕ ਵਲੌਗ ਸਪੋਰਟ ਮੀ ਗਾਇਸ, ਅਸੀਂ ਕੀ ਤੈਨੂੰ ਕੱਦੂ ਲਿਆ ਕੇ ਦਈਏ, ਸਪੋਰਟ ਮੀ ਗਾਇਸ। ਆਓ ਹਮਾਨੀ ਦੇ ਟਿੰਡੇ ਚੱਕਰੀ। ਸੋ ਹੇ ਗਾਇਸ, ਕਿਵੇਂ ਹੋ ਤੁਸੀਂ ਸਾਰੇ ਜਣੇ? ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਹੇ ਗਾਇਸ, ਕਿਵੇਂ ਤੁਸੀਂ ਸਾਰੇ ਜਣੇ ਹੋ? ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਹੇ ਗਾਇਸ, ਹੁਣ ਤੇਰਾ ਨਿਕਲਿਆ ਕਰੂਗਾ। ਓ ਮਾਈ ਗਾਡ, ਮਯੰਕੀ ਪ੍ਰੋਗਰਾਮ ਨਹੀਂ ਇਹ, ਮਾਨੂੰ ਪ੍ਰੋਗਰਾਮ ਕਰ ਦਿੰਦੇ ਹੁਣ ਆਪਾਂ। ਮਯੰਕੀ ਟਾਈਮ, ਮਯੰਕੀ ਤਾਂ ਪਤਾ ਨਹੀਂ ਕਿੱਥੇ ਇੰਨਾ ਕਿੰਨਾ ਕੁ ਥੱਕ ਗਿਆ, ਪੋਚੇ ਮਾਰਨਾ ਕਿ ਝਾੜੂ। ਚਲੋ ਵਲੌਗ ਵੀ ਮਾਨੀ ਸ਼ੁਰੂ ਕਰਨ ਲੱਗ ਗਈ ਹੁਣ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਰਾ ਕੰਮ ਆਪ ਹੀ ਕਰਨਾ ਪੈਣਾ ਹੁਣ ਮੈਨੂੰ। ਅੱਛਾ, ਕੋਈ ਇਹ ਬਦਰੀਲਾ ਕੰਮ ਥੋੜ੍ਹੀ ਸਰ, ਇਹ ਅਸੀਂ ਤਾਂ ਅਕਲ ਆਊਗੀ ਤੁਹਾਨੂੰ, ਮਿਹਨਤ ਨਹੀਂ ਲੱਗਦਾ, ਮਹੀਨਾ ਟਿਕੋਗੇ ਮਸਾਂ, ਬਾਕੀ ਟਿਕ ਵੀ ਗਏ ਤਾਂ ਮਜਬੂਰੀ ਨੂੰ ਟਿਕੋਗੇ। ਬਸ ਯਾਰ, ਕੀ ਲੋੜ ਪਈ ਸੀ ਤੁਹਾਨੂੰ ਆਪਦਾ ਸ਼ਹਿਰ ਛੱਡਣ ਦੀ, ਇੰਨਾ ਸੋਹਣਾ ਸ਼ਹਿਰ ਤੁਹਾਡਾ, ਦੱਸ ਚੰਡੀਗੜ੍ਹ ਆ ਕੇ ਦਾ, ਰੀਲਾਂ ਰੂਲਾਂ ਪਾਣੀਆਂ, ਉਹ ਉੱਥੇ ਵੀ ਪਈ ਜਾਂਦੀਆਂ ਸੀ, ਵਲੌਗ ਵੀ ਬਣੀ ਦੇ, ਲੋਕਾਂ ਕੀ ਪਰਵਾਹ ਮਤ ਕਰੋ, ਲੋਕ ਤਾਂ ਬੋਲਦੇ ਰਹਿੰਦੇ ਹੈ, ਇੱਥੇ ਵੀ ਤੁਹਾਨੂੰ ਟੱਕਰ ਜਾਣੇ ਕੋਈ ਨਾ ਕੋਈ। ਦੁੱਧ ਤੁਹਾਡੇ ਵੀ ਦੁੱਧ ਆਉਂਦਾ? ਇਹ ਦੁੱਧ ਹੁਣ ਇਹਨਾਂ ਦੇ ਘਰ 'ਚ ਦੁੱਧ ਬੋਲਦੇ ਕਿ ਹੋਰ ਕਿਸੇ ਪਾਸੇ ਵੀ ਦੁੱਧ ਬੋਲਦੇ ਆ? ਸਾਡੇ ਤਾਂ ਦੁੱਧ ਆਖਦੇ ਆ, ਦੁੱਧ ਆ ਗਿਆ, ਇਹ ਕਹਿੰਦੇ ਦੁੱਧ ਵਾਲਾ ਆ ਗਿਆ, ਦੁੱਧ ਬੋਇਲ ਕੀਤਾ। ਅੱਛਾ ਚਲੋ, ਉਹ ਪੈਕਟਾਂ ਵਾਲਾ ਹੀ ਪੀਓਗੇ, ਉੱਥੇ ਕਿਹੜੇ ਮੱਝਾਂ ਰੱਖੀਆਂ ਹੋਣੀਆਂ ਤੁਹਾਡੇ। ਅੱਛਾ ਹੋਏ ਹੋਏ, ਚਲੋ ਅੱਲ, ਦੋ ਦਿਨ ਤਾਂ ਹੋਇਆ ਇਹਨੂੰ, ਹਜੇ ਇੰਨੇ ਕਿੰਨੇ ਕੱਪੜੇ ਲਿਬੜ ਗਏ ਤੁਹਾਡੇ, ਟਾਈਮ ਨਾਲ ਹੀ ਗੰਦੇ ਕਰ ਲਏ ਕੱਪੜੇ ਬੱਚੇ, ਮੀਂਹ ਬੜੇ ਪਈ ਜਾਂਦੇ ਨੇ, ਚਿੱਕੜ ਚੁੱਕੜ ਹੁੰਦਾ ਫਿਰ ਤਾਂ ਕਰਕੇ ਕੱਪੜੇ ਧੋਣੇ ਆ। ਦੱਸ, ਆਟਾ ਗੁੰਦਣਾ, ਉਹ ਕਰਨਾ ਗੁੰਦਣਾ, ਇੱਕ ਤਾਂ ਨਾ ਬੱਚੇ ਬਖਸ਼ਦੇ ਨਹੀਂ ਕਿਸੇ ਨੂੰ, ਇੰਨਾ ਕੰਮ ਤਾਂ ਵੈਸੇ ਮੈਂ ਆਪਣੇ ਘਰ ਵੀ ਨਹੀਂ ਕੀਤਾ, ਇੱਥੇ ਕਰਨਾ ਪੈਣਾ, ਮੇਰੇ ਮਮਾ ਜਾਂ ਮੇਰੀ ਸਿਸਟਰ ਕਰ ਦਿੰਦੇ ਨੇ। ਸਿਸਟਰ ਵੀ ਹੈਗੀ ਤੇਰੀ? ਚਲੋ ਬਾਕੀ ਜੋ ਜੋ ਜਿਵੇਂ ਜਿਵੇਂ ਕਰਾਂਗੀ ਉਹ ਮੈਂ ਤੁਹਾਨੂੰ ਨਾਲ ਨਾਲ ਦਿਖਾ। ਅਸੀਂ ਤਾਂ ਸੋਚਿਆ ਕਿ ਤੇ ਇੰਨੀ ਵੱਡੀ ਪ੍ਰਾਪਰਟੀ ਦਾ ਹੱਕਦਾਰ ਕੱਲਾ ਪੁਰਸ਼ੋਤਮ ਹੀ ਹੋਊਗਾ, ਉਹਨੂੰ ਵੀ ਸੱਦ ਸੁੱਦ ਲਿਆ ਕਰੋ, ਵਿਚਾਰੇ ਰੀਲਾਂ ਰੂਲਾਂ ਪਵਾ ਦੂਗਾ ਤੁਹਾਡੀਆਂ ਇੱਥੇ ਸ਼ੂਟ ਸ਼ਾਟ ਕਰਨ ਵਾਸਤੇ, ਮੌਲਿਕ ਨੂੰ ਵੀ ਨਹੀਂ ਮਿਲਿਆ ਜਾਂਦੇ ਹੋਏ ਬੰਦਾ ਇਹ। ਦੱਸ, ਦੇਖ ਲਾਂਗੇ ਭਾਈ। ਹਿਮਾਨੀ ਹੋਣੀ ਕੀ ਬਣਾ ਲਗੀਆਂ? ਚਲੋ, ਕੇਲੇ ਕੂਲੇ ਤਾਂ ਹੀ ਲਿਆ ਕੇ ਰੱਖੀ ਬੈਠਾ ਜਿਵੇਂ ਓਜ਼ੀ ਜਿਮ 'ਚ ਲੱਗਿਆ ਹੁੰਦਾ ਏ। ਓਜ਼ੀ ਆ, ਓਜ਼ੀ ਜਿਮ ਹੈਗੀ ਹੈ ਨਾ ਮੋਹਾਲੀ, ਇਹ ਤਾਂ ਲੋਕਾਂ ਨੂੰ ਆਖੀ ਨਾ, ਮੈਂ ਚੰਡੀਗੜ੍ਹ ਰਹੀ ਜਾਂਦਾ, ਟੀ ਡੀ ਆਈ ਪਤਾ ਨਹੀਂ ਕਿੱਥੇ ਫਿਰਦਾ, ਖੱਡ 'ਚ ਰਹਿੰਦਾ ਪਿਆ, ਪਤਾ ਨਹੀਂ ਟੀ ਡੀ ਆਈ ਰਹਿੰਦਾ ਪਿਆ, ਮੈਨੂੰ ਆਏ ਸੀ ਕਮੈਂਟ ਬਾਈ ਸਾਡੇ ਮਹੱਲੇ 'ਚ ਹੀ ਇਹ। ਆਲੂ ਫਲੀਆਂ, ਆਲੂ ਫਲੀਆਂ, ਦੁੱਧ ਫਲ ਗਿਆ, ਚੱਲ ਇੱਕੋ ਕੜਾਹੀ ਲਿਆਂਦੀ, ਉਹਦੇ 'ਚ ਮੈਗੀ ਅਤੇ ਉਹਦੇ 'ਚ ਦੁੱਧ ਉਬਾਲ ਦੇਣਾ। ਚਲੋ, ਕੜਾਹੀਆਂ 'ਚ ਵੀ ਦੁੱਧ ਉਬਲ ਜਾਂਦੇ ਆ, ਖੋਏ ਬਣਦੇ ਤਾਂ ਵੇਖੇ ਸੀਗੇ, ਖੋਆ ਨਾ ਕੱਢ ਲਿਓ ਕਿਤੇ ਇਹਦਾ ਤੁਸੀਂ। ਚਲੋ ਬੱਚਾ ਹੀ ਆ, ਦੋ ਰਿੰਗ ਲਾਈਟਾਂ ਚੱਕ ਲਿਆ, ਦੋ ਭਾਂਡੇ ਨੀ ਚੱਕੇ ਗਏ ਇਹਨਾਂ ਕੋਲੋਂ। ਦੱਸ, ਦੋ ਕੜਾਹੀਆਂ ਲਿਆ, ਇੱਕ ਛੋਟੀ ਜਿਹੀ, ਉਹ ਪਰਲੀ 'ਚ ਕੀ ਧਰਿਆ ਸੀਗਾ ਕਿ ਉਹਦੇ 'ਚ ਘਿਓ, ਪਿੰਗਰ ਤਾਂ ਨਹੀਂ ਹੁੰਦਾ, ਘਿਓ ਪਿੰਗਰਾਉਂਦੇ ਹੁੰਦੇ ਆਪਾਂ, ਉਹਦੇ ਵਾਸਤੇ ਰੱਖੀ ਆ, ਇਸੇ 'ਚ ਹੀ ਮੈਗੀ, ਇਸੇ 'ਚ ਦੁੱਧ। ਚਲੋ ਠੀਕ ਆ, ਹਮਾਨੀ ਤੂੰ ਵੀ ਚੈਨਲ ਖੋਲ ਆਪਦਾ ਹੁਣ, ਇੱਥੇ ਕੁਕਿੰਗ ਵਾਲੇ ਵਲੌਗ ਪਾਇਆ ਕਰ, ਜਮਾਂ ਹੀ ਏਂਜਲ ਸ਼ਰਮਾ ਬਣੇਗੀ। ਹੈਂ, ਕਿੰਨਾ ਟਾਈਮ ਲੈਂਗੀ ਹਮਾਨੀ? ਬਸ 10-15 ਮਿੰਟ। ਤਾਂ ਬੈਠ ਜਾ ਕੇ। ਨਹੀਂ ਨਹੀਂ, ਕਿਉਂ ਲੈ ਯਾਰ, ਡਰ ਲੱਗ ਜਾਂਦਾ ਹੈ। ਸੋ ਮਿੱਤਰੋ, ਇਹਨੂੰ ਓਏ, ਤੁਸੀਂ ਜਮਾਂ ਹੀ ਜਵਾਕ ਹੋ, ਕਹਿੰਦੇ ਡਰ ਬੜਾ ਲੱਗਦਾ ਪਿਆ, ਉਹ ਰਸੋਈ 'ਚ ਨਾਲ ਤਾਂ ਕਮਰਾ ਹੋਊਗਾ, ਤੂੰ ਕਿੱਥੋਂ ਕਾਮਯਾਬ ਹੋ ਜਾਏਗੀ, ਸਿਰਫ ਰੀਲਾਂ ਵੀ ਇਹਦੇ ਨਾਲ ਹੀ ਹੁੰਦੀਆਂ। ਕਹਿੰਦੇ ਡਰ ਬੜਾ ਲੱਗਦਾ ਪਿਆ, ਮੈਂ ਜਦੋਂ ਨਿੱਕਾ ਜਾਂਦਾ ਸੀ ਨਾ 6ਵੀਂ 7ਵੀਂ ਕਲਾਸ 'ਚ, ਉਦੋਂ ਮੈਨੂੰ ਡਰ ਲੱਗਦਾ ਸੀ ਇੰਨਾ ਜਿੰਨਾ ਇਹਨੂੰ ਲੱਗਦਾ ਪਿਆ, ਹੁਣ ਤਾਂ ਕੀ ਕਹਾਂ, ਇਹ ਜਵਾਕ ਹੀ ਆ ਅਜੇ ਵੀ। ਮੈਂ ਨਿੱਕੇ ਹੁੰਦੇ ਤੁਹਾਨੂੰ ਗੱਲ ਸੁਣਦਾ ਸੀ, ਛਾਤੇ ਸੁਣਦੇ ਹੁੰਦੇ ਸੀ ਨਿੱਕੇ ਹੁੰਦੇ, ਪੁਰਾਣੇ ਟਾਈਮ 'ਚ ਹੈ ਨਾ, ਅਤੇ ਨਾ ਪਹਿਰੇਦਾਰ ਇੱਕ ਵਾਰੀ ਘਰੇ ਆਇਆ ਪੈਸੇ ਲੈਣ, ਮਹੀਨੇ ਦੇ ਜਿਵੇਂ ਪੈਸੇ ਲੈਣ ਆਉਂਦੇ ਨਾ ਪਹਿਰੇਦਾਰ, ਅਤੇ ਉਹਨੂੰ 20 ਰੁਪਏ ਫੜਾਉਂਦੇ ਹੁੰਦੇ ਸੀ, ਉਦੋਂ 20 ਰੁਪਏ 10 ਰੁਪਏ ਕੋਈ 20 ਦੇ ਦਿੰਦਾ ਘਰ, 10 ਦੇ ਦਿੰਦਾ,
ਤੇ ਉਹਦੇ ਹੱਥ 'ਚ ਨਾ ਦਸ ਦਸ ਦੇ ਇੰਨੇ ਨੋਟ ਸੀਗੇ। ਮੈਨੂੰ ਲੱਗਾ ਕਮਾਈ ਬੜੀ ਹੈ ਪਹਿਰੇਦਾਰ ਵਾਲੇ ਕੰਮ 'ਚ, ਤਾਂ ਯਾਰ ਮੈਂ ਮੰਮੀ ਨੂੰ ਕਿਹਾ ਮੈਂ ਕਰ ਦਿੰਦਾ, ਮੈਂ ਮੰਮੀ ਮੈਂ ਤਾਂ ਆਪ ਪਹਿਰੇਦਾਰ ਬਣਨਾ। ਮੰਮੀ ਕਹਿੰਦੀ ਮੂੰਹ ਤਾਂ ਜਾਇਆ ਨਹੀਂ ਜਾਂਦਾ ਤੇਰੇ ਕੋਲੋਂ ਪਹਿਰੇਦਾਰ ਬਣੇਗਾ, ਤੂੰ ਰਾਤ ਨੂੰ 1:30-2 ਵਜੇ ਤੱਕ ਡਿਊਟੀ ਦੇਣੀ ਪੈਂਦੀ ਹੈ। ਇੱਥੇ ਪਏ ਹੁੰਦੇ ਸੀ ਮੰਜੇ ਤੇ, ਨਿੱਕੇ ਹੁੰਦੇ ਸੀ ਜਵਾਕਾਂ ਨੂੰ ਕਹਿੰਦੇ ਕਿੱਥੇ ਬਾਥਰੂਮ 'ਚ ਬਾਥਰੂਮ ਕਰਾਉਣਾ, ਪ੍ਰਣਾਲਾ ਹੁੰਦਾ ਉੱਥੇ ਕਹਿੰਦੇ ਬਾਥਰੂਮ ਕਰ ਰਿਹਾ ਜਾ, ਉੱਥੇ ਜਾ ਕੇ ਚੁੰਡ 'ਚ ਕਰ ਰਿਹਾ ਬਾਥਰੂਮ। ਨਿੱਕੇ ਨਿੱਕੇ ਜਵਾਕ ਹੁੰਦੇ ਸੀ ਯਾਰ, ਉੱਤਾਂ ਨਾ ਡਰ ਬੜਾ ਲੱਗਦਾ, ਦੱਸ ਕੀ ਕਵਾਂ ਹੁਣ ਮੈਂ। ਉੱਚੇ ਹੀ ਆ ਜਾਵਾਂ, ਡਰ ਲੱਗਦਾ ਪਿਆ ਵਾ ਇੱਥੇ ਕਬੂਤਰ ਰਹਿੰਦੀਆਂ, ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਨੂੰ ਡਰ ਲੱਗਦਾ ਨਹੀਂ ਹੈ, ਕਹਿ ਕਹਿ ਕੇ ਡਰਾ ਦੇ ਭਾਵੇਂ ਵੱਖਰੀ ਗੱਲ ਆ। ਚਲੋ ਕਹਿੰਦਾ ਕਹਿ ਕਹਿ ਕੇ ਭਾਵੇਂ ਡਰਾ ਦੇ, ਤੁਸੀਂ ਦੋਨੇ ਜਵਾਕੋਂ ਕਾਕਾ ਹਜੇ, ਤੁਸੀਂ ਤੁਹਾਨੂੰ ਸੱਚੀ ਡਰ ਲੱਗਦਾ, ਮੰਨ ਲੈ 1% ਸੱਚੀ ਕੁਛ ਨਾ ਕੁਛ ਇਹੋ ਜਿਹਾ ਹੋ ਜੇ ਤੁਹਾਡੇ ਦੋਨਾਂ ਦੇ, ਉਹੀ ਹੈਗਾ ਨਾ ਦਿਲ, ਇਹ ਹੀ ਚੱਕਰ ਆ ਕਰਨਗੇ। ਰਿੰਗ ਲਾਈਟਾਂ ਵੇਖ ਲਾ ਪਿੱਛੇ, ਕੱਪੜੇ ਸੁੱਕਣੇ ਪਾ ਰੱਖੇ ਲੈ, ਬਸ ਇਹਨਾਂ ਦਾ ਕੰਮ ਨਹੀਂ ਹੈਗਾ ਹੁਣ ਕੋਈ, ਬਾਕੀ ਨਹੀਂ ਮੈਂ ਇਦਾਂ ਦੀ ਗੱਲ ਹੈਗੀ। ਲਾਈਆਂ ਤਾਂ ਆਈਆਂ ਜਿਵੇਂ ਸਟੂਡੀਓ ਹੁੰਦਾ ਰਿੰਗ ਲਾਈਟਾਂ। ਲੱਗਦਾ ਹੁਣ ਅੱਛਾ ਮੈਂ ਗੱਲ ਕਿਹੜੀ ਗੱਲ ਹੈ, ਕਿ ਲੱਗਦਾ ਤਾਂ ਲੱਗਦਾ ਕੁੜੀਆਂ ਦਾ। ਸਹੀ ਗੱਲ ਹੈ। ਅੱਛਾ ਇਹ ਵਹਿਮ ਹੈ ਸੁਮਿਤਰੂ, ਸਟਰੋਂਗ ਵੀ ਬਹੁਤ ਨੇ ਕੁੜੀਆਂ, ਮੈਂ ਟੰਗਿਆ ਦਾ ਨਾਲ ਵੇਖ ਮੈਂ ਬੈਠਾ। ਉਹ ਮਹਾਰਾਣੀ ਜੀ ਆਪਣੇ ਕੰਮ ਕਰ ਹੱਲ ਆਪ ਨੂੰ ਡਰ। ਉਹ ਭਰਾਵਾ ਤੁਹਾਡੇ ਡਰਾਇੰਗ ਰੂਮ 'ਚ ਕਿਚਨ ਹੈ, ਚਲੋ ਵੱਡੇ ਘਰ ਵੱਡੇ ਸ਼ਹਿਰ ਸਭ ਸਾਰਾ ਕੁਛ ਆਪਦਾ ਆਪਦਾ ਹੋਊਗਾ, ਪਰ ਇੰਨੀ ਦੂਰੀ ਬੈਠੇ ਤਾਂ ਵੀ ਡਰ ਲੱਗਦਾ ਪਿਆ। ਕਮਰੇ 'ਚ ਤਾਂ ਬੈਠਾ ਤੂੰ, ਮੈਂ ਉਹੀ ਆਖਿਆ ਨਾ, ਮੈਂ ਕਿਉਂ ਆਖਦਾ ਚੀਜ਼ਾਂ, ਜੇ ਕੁੜੀਆਂ ਨੇ ਰਸੋਈ 'ਚ ਕੰਮ ਕਰਨਾ ਤੁਸੀਂ ਭਜਨ ਲਾ ਲਿਆ ਕਰੋ, ਪਾਠ ਲਾ ਲਿਆ ਕਰੋ, ਜਿਹੜੇ ਰੱਬ ਨੂੰ ਮੰਨਦੇ ਹੋ ਉਹਦਾ ਸੁਣਿਆ ਕਰੋ ਤੁਸੀਂ ਪਾਠ। ਡਰ ਲੱਗਦਾ, ਲੈ ਕੀ ਕੱਦੂ ਧਰ ਲੇਂਗੀ ਤੂੰ, ਕੀ ਆਲੂ ਛਿੱਲੇਂਗੀ, ਗੈਸ ਲੈ ਜਾ ਚੱਕ ਕੇ ਬੈੱਡ 'ਚ ਕਮਰੇ 'ਚ। ਤੂੰ ਕਿਹੜਾ ਇੱਥੇ ਸ਼ਿਫਟਾਂ ਲਾ ਕੇ ਆਇਆ, ਮੈਂ ਬਾਹਰ ਆ ਨੇ ਦਰੋਏ ਭੱਜੀ ਭੱਜੀ ਅੰਦਰ ਆਏ, ਟੱਕਰ ਵੱਜ ਗਈ ਦੋਵਾਂ ਦੀ। ਓਹੋ ਮੇਲ ਹੋ ਗਿਆ ਫਿਰ ਤਾਂ, ਮੇਲ ਕਰਾ ਦੇ ਰੱਬਾ ਸੋਨੀ ਕੁੜੀ ਤੇ। ਓਹੋ ਇਧਰੋਂ ਨਹੀਂ ਇਧਰੋਂ ਚੱਲਦਾ, ਮੈਂ ਤੁਹਾਨੂੰ ਬੁਲਾਉਣਾ ਦੀ ਡਰ ਲੱਗਦਾ ਪਿਆ। ਲੈ ਓਲ ਇਹਨਾਂ ਨਾਲ ਤਾਂ ਪ੍ਰੈਂਕ ਵੀ ਨਾ ਕਰੇ ਡਰ ਵਾਲਾ ਕੋਈ, ਜਲਦੀ ਬਣਾ ਦੇ ਠੀਕ ਹੈ, ਫਿਰ ਰੋਟੀ ਰੋਟੀ ਖਾ ਲਈ ਮਿੰਟ ਮਿੰਟ। ਰੋਟੀ ਤਾਂ ਮਿੰਟੋ ਮਿੰਟ ਖਾ ਲੇਂਗਾ, ਉਦੋਂ ਬਾਅਦ ਕੰਮ ਕੀ ਕਰਨਾ ਤੁਸੀਂ ਹੁਣ? ਇਹਨਾਂ ਦੇ ਵਲੌਗ ਪਤਾ ਕੀ ਆਇਆ ਕਰਨਗੇ, ਸਬਜ਼ੀਆਂ ਲੈਣ ਚੱਲੇ ਆ ਜੀ, ਅੱਜ ਆ ਗਏ ਆ ਜੀ, ਅੱਜ ਜਾਣਾ ਹੈ ਜੀ, ਪਰੌਂਠਾ ਖਾ ਲਓ ਜੀ, ਸਾਗ ਖਾ, ਸਾਗ ਤਾਂ ਕਿੱਥੋਂ ਬਣਾ ਲਓਗੀ, ਇਹ ਕੋਟਨਾ ਮਾਰਦੀ ਮਾਰਦੀ ਆਪ ਹੀ ਨਾ ਘੁੱਟ ਜਾਏ ਕਿਤੇ ਵਿੱਚ। ਅੱਲੈ ਅੱਛਾ ਹਿਮਾਨੀ, ਜੇ ਤੂੰ ਮੇਰਾ ਰੋਮਾਂਚਿਕ ਪ੍ਰੋਗਰਾਮ ਵੇਖਦੀ ਦੱਸੀ, ਇਹ ਟੈਲੈਂਟ ਹੈ, ਮੈਂ ਤੁਹਾਨੂੰ ਸਭ ਕੁਛ ਕਰਨਾ ਸਿਖਾ ਦੇਣਾ ਹੈਗਾ। ਕੀ ਖਿੱਚ ਪੈਂਦੀ ਹੈ ਇੱਥੇ ਬੱਖੀ 'ਚ, ਕੀ ਚੱਕਰ ਹੈ, ਮਤਲਬ ਆਪ ਆਵਾਜ਼ ਘੱਟ ਨਿਕਲਦੀ ਆ ਪੌਨੀ ਜਾ, ਸਭ ਕੁਛ ਕਰਨਾ ਸਿਖਾ ਦੇਣਾ, ਸਭ ਕੁਛ ਕਰਨਾ ਸਿਖਾ, ਰੋਮਾਂਚਿਕ ਪਾਰਾ ਚੱਲ ਟੈਲੈਂਟ ਹੀ ਹੈ ਵੀ। ਬਣਾਈ ਜਾਂਦੀ ਉਹ ਕੀ ਨਿਕਰਨਲ ਜਰਾਬਾਂ ਪਾਈ ਬਿਰਥਾ, ਇਹ ਨਿਊਯਾਰਕ 'ਚ ਬੈਠਾ ਤੂੰ, ਇਹ ਦੱਸ ਇਹ ਬਸ ਆਈ ਰਹਿ ਜੂ ਹੁਣ ਵੇਖ ਲਈ ਤੂੰ, ਇਹ ਹੁਣ ਇਹਨਾਂ ਨੂੰ ਸਹੀ ਅਕਲ ਆਊਗੀ ਵੈਸੇ। ਹਮਾਨੀ ਐਂ ਸ਼ੋ ਕਰਦੀ ਆ ਨਾ ਵੀ ਘਰ ਨੂੰ ਮੈਂ ਹੀ ਚਲਾਉਣ ਵਾਲੀ ਹਾਂ, ਮਿਹਨਤ ਤਾਂ ਥੱਥਾ ਹੀ ਹੈ। ਆਟਾ ਗੁੰਦੀ ਪਈ ਆ, ਸਬਜ਼ੀ ਆਪਣੀ ਰੈਡੀ ਹੋਈ ਨੀ ਆ, ਥੋੜਾ ਟਾਈਮ ਲੱਗਣਾ ਹਨਾ। ਉਹ ਤੇਰਾ ਭਲਾ ਹੋ ਜਾ, ਇਹ ਸਹੀ ਦੱਸੋ ਕੀ ਕਰੀ ਜਾਂਦੇ ਆ, ਇਹ ਜਿਵੇਂ ਏਂਜਲ ਸ਼ਿਵਮ ਤਾਂ ਵਿਆਹ ਵੇਰੇ ਉਹ ਫੀਲ ਲਈ ਜਾਂਦੇ ਹਨਾ, ਵੀ ਆਪਦੀ ਜ਼ਿੰਦਗੀ ਜਿਉਂਦੇ ਫਿਰਦੇ, ਸਟਰਗਲ ਕਰਦੇ ਫਿਰਦੇ ਕੁਛ ਵੀ ਚੱਲ ਹਨਾ, ਇਹ ਬੰਦੇ ਪਏ ਉਹਨਾਂ ਵਰਗੇ ਏਂਜਲ ਸ਼ਿਵਮ ਵਰਗੇ ਪਹਿਲਾਂ ਹਨਾ, ਉਹਨਾਂ ਨੇ ਪਤਾ ਨਹੀਂ ਕੀ ਜਿਵੇਂ ਜਿਵੇਂ ਉਹ ਕਰਦੇ ਉਵੇਂ ਇਹ ਕਰਦੇ ਆ, ਫਿਰ ਇਹਨਾਂ ਨੇ ਸੋਚਿਆ ਵੀ ਏਂਜਲ ਸ਼ਿਵਮ ਇਕੱਲੇ ਰਹੀ ਜਾਂਦੇ, ਅਸੀਂ ਵੀ ਇਕੱਲੇ ਰਹਿ ਕੇ ਵੇਖੀਏ, ਸੋ ਹੁਣ ਉਵੇਂ ਫਿਰ ਸਮਝਦੇ ਨਾ, ਜਿਵੇਂ ਸ਼ਿਵਾ ਕੰਮ ਕਰਾਉਂਦਾ ਉਹਦੇ ਨਾਲ ਇੰਜੂ ਇੰਜੂ ਨਾਲ, ਤਾਂ ਫਿਰ ਇਹ ਵੀ ਮਿੰਕੂ ਕਹਿੰਦਾ, ਮਾਨੂੰ ਕਹਿੰਦੀ, ਮਾਨੂੰ ਕਹਿੰਦੀ ਮਿੰਕੂ ਮੇਰੇ ਨਾਲ ਕੰਮ ਕਰਾਓ। ਐਡਾ ਕਿੱਡਾ ਕੁ ਮੁਰਗਾ ਧਰਿਆ, 15-20 ਮਿੰਟ ਲੱਗਣਗੇ, ਆਟਾ ਤਾਂ ਨਹੀਂ ਗੁੰਨਣਾ ਆਉਂਦਾ, ਇਹ ਤਾਂ ਮੈਂ ਸ਼ੋਰ ਇਹਨੂੰ ਵੇਖ ਕੇ। ਚੱਲਦੇ ਹੱਥ 'ਤੇ ਪਾਣੀ ਪਾਈਦਾ ਹੁੰਦਾ ਹਮੇਸ਼ਾ, ਖੜ੍ਹੇ ਹੱਥ 'ਤੇ ਪਾਣੀ ਕੌਣ ਪਾਉਂਦਾ ਹੁੰਦਾ, ਇਹ ਮੈਨੂੰ ਬੜਾ ਐਕਸਪੀਰੀਅੰਸ ਹੈ, ਗੁੰਨੇ ਹੋਏ ਆਟੇ। ਕਹਿੰਦੇ ਮੈਨੂੰ ਕੁਛ ਕਿਉਂ ਨਾ, ਤੂੰ ਕੀ ਸਾਡੇ ਘਰੇ ਕੰਮ ਲਈ ਲੱਗੀ ਹੈ, ਇਸ ਤੈਨੂੰ ਝਿੜਕਾਂਗੇ ਵੀ ਆਟਾ ਸਹੀ ਨਹੀਂ ਗੁੰਨਿਆ, ਦੱਸ ਲੈ ਅਸੀਂ ਕਿਉਂ ਕਹਿੰਦਾ ਬਾਈ, ਤੁਸੀਂ ਆਪੇ ਲਾ ਕੇ ਖਾਣਾ, ਤੁਸੀਂ ਆਪੇ ਕਰੋ, ਆਟਾ ਆ ਜਾਊਗਾ ਗੁੰਨਣਾ, ਕੋਈ ਨਾ 4-5 ਦਿਨਾਂ ਦੀ ਖੇਡ ਆ, ਕੋਈ ਵੱਡੀ ਗੱਲ ਨਹੀਂ ਹੈ।
सही गल है। देख लो ताड़ा मयंक शर्मा सब्जियां भी हिलान लग गया। कठे काम कराने जल्दी मुकेगा बना कहती ताड़ा मयंक शर्मा सब्जियां भी हिलान लग गया। आई नहीं कहती कड़छी मारन लग गया सब्जियां भी हिलान लग गया। सब्जियां हिलान नू की सुतियां पईयां हो ताड़ा मयंक साडा कदों आ तेरा मयंक तां सारी देर ते तेरना फिरदा रहंदा है साडा कदों हो गया। कठे काम कराने जल्दी मुकेगा। अच्छा वेरी गुड पता नहीं यार उसने सही गल चंगे भले लोग हुंदे साडे रोकना तेरा व्याह वाली सीरीज भी चलनी सी है ना। हरेक हुण की कहां हुण लोग तैनूं गालां कढणगे तू यूथ नूं कोई मैसेज दे वधिया स्ट्रगल करो व्याह कराया असीं बई असीं मेहनत करदे पए इकट्ठे असीं व्याह करा के इकट्ठे रहना चाहुंदे आ या तेरी कोई मजबूरी हुंदी तू चंडीगढ़ आया हुंदा मूँह चक के तुरिया आया दस ले ਨਿਕਲੇ ਟੀ ਡੀ ਆਈ ਦੇ ਫਲੈਟਾਂ 'ਚ ਪਤਾ ਨਹੀਂ ਕਿੱਥੇ ਰਹੀ ਜਾਂਦਾ ਬਾਹਰ ਅੰਦਰ ਜਾਂਦੇ ਘੁੰਮਦੇ ਫਿਰਦੇ ਕੁਕਿੰਗ ਲੋਗ ਘੁੰਮਣਾ ਫਿਰਨਾ ਥੋੜਾ ਬੋਤਾ ਫਲੋਗ ਹੈ। ਅੱਛਾ ਮੈਨੂੰ ਨਜ਼ਰ ਨਹੀਂ ਆਉਂਦੇ ਕਿੰਦੇ ਫਿਰਦੇ ਥੋੜੇ ਦਿਨਾਂ ਤੱਕ ਤੁਸੀਂ ਦੇਖਿਓ ਤੁਹਾਡੇ ਮਯੰਕ ਸ਼ਰਮਾ ਜੀ ਰੋਟੀਆਂ ਵੀ ਬਣਾਉਣਗੇ। ਚੱਲ ਸਾਰੇ ਕੰਮ ਸਿਖਾ ਦੇਣੇ ਆਪਾਂ ਤੁਹਾਨੂੰ ਸਿੱਖ ਕੇ ਕਿੱਥੇ ਕੁੱਕ ਲੱਗੋਗੇ ਕਿਸੇ ਘਰੇ ਦੋਨੇ ਜਾਣੇ ਕਿਸੇ ਪੀਜੀ 'ਚ ਲੱਗ ਜਾਓ ਇੱਕ ਤੂੰ ਲੱਗ ਜਾਈਂ ਇੱਕੋ ਪੀਜੀ 'ਚ ਲੱਗ ਜਾਓ ਹੈਲਪ ਨੂੰ ਕੀ 15 ਜਣੇ ਦੀ ਰੋਟੀ ਧਰਨੀ ਆ ਹੈਲਪ ਹੋ ਜਾਂਦੀ ਹੈ। ਚਲੋ ਬਹੁਤ ਕੰਮ ਕਰਕੇ ਫਿਰ ਅੱਗੇ ਨੈਕਸਟ ਵਲੌਗ ਨਹੀਂ ਮਤਲਬ ਅਗਲਾ ਟੇਕ ਲਵਾਂਗੇ। ਚਲ ਵੈਸੇ ਯਾਰ ਮੈਨੂੰ ਆਟਾ ਸੱਚੀ ਨਹੀਂ ਗੁੰਨਣਾ ਆਉਂਦਾ। ਕੋਈ ਗੱਲ ਨਹੀਂ ਆਟਾ ਗੁੰਨਣਾ ਬੜਾ ਸੌਖਾ ਆਟਾ ਜਦੋਂ ਗੁੰਨਿਆ ਗਿਆ ਨਾ ਉਦੋਂ ਬਾਅਦ ਆਟੇ 'ਚ ਉਂਗਲ ਮਾਰੋ ਐਂ ਕਰਕੇ ਐਂ ਨਹੀਂ ਕਿ ਮੋਰੇ ਕਰ ਦਿਓ ਉਹਦੇ 'ਚ ਮਤਲਬ ਵੀ ਐਂ ਮੰਨ ਲਓ 1% ਐਂ ਪੇੜਾ ਐਂ ਨੱਪ ਕੇ ਵੇਖਦੇ ਨਾ ਜਦੋਂ ਉਹ ਨੱਪਦੇ ਉਹ ਖੱਡਾ ਪੈਂਦਾ ਦੁਬਾਰਾ ਫਿਰ ਖੱਡਾ ਬੰਦ ਹੋ ਜਾਂਦਾ ਨਾਲ ਦੀ ਨਾਲ ਤਾਂ ਇਹਦਾ ਮਤਲਬ ਆਟਾ ਪਰਫੈਕਟ ਗੁੰਨਿਆ ਗਿਆ। ਤੁਹਾਡੇ ਨਾਲ ਜ਼ਿਆਦਾ ਕੰਮ ਤਾਂ ਮੈਨੂੰ ਹੀ ਆਉਂਦੇ ਘਰ ਦੇ ਇਹ ਨਹੀਂ ਕਿ ਮੈਂ ਜਦੋਂ ਮੋਹਾਲੀ ਰਹਿੰਦਾ ਸੀ ਮੈਂ ਸਾਰੇ ਕੰਮ ਕਰ ਲੈਂਦੇ ਉਹੀ ਆਖਦਾ ਨਾ ਆਮ ਪਰਫੈਕਟ ਇਨ ਦਾ ਲਾਈਫ। ਗੁੱਸਾ ਨਾ ਕਰਿਓ ਕੋਈ ਵੀ ਕਮੈਂਟਾਂ 'ਚ ਇਹ ਆਪ ਹੀ ਭਾਲਦੇ ਆ ਕਮੈਂਟਾਂ 'ਚ ਗਾਲਾਂ ਕੱਢਣ ਲੋਕ ਸਾਨੂੰ। ਆਹ ਦੇਖ ਲਓ ਇਹਨੂੰ ਕਹਿੰਦੇ ਆ ਡੈਡੀਕੇਸ਼ਨ ਹੈਲਪ ਕਰਨ ਦੀ। ਸਵੇਰ ਦੇ ਕਿੰਨੇ ਕੰਮ ਕਰ ਚੁੱਕੇ ਹੋ ਨਾ ਵੈਸੇ ਤੁਸੀਂ ਪਰ ਆਪਣੇ ਘਰ ਤੁਸੀਂ ਇੱਕ ਗਲਾਸ ਤੱਕ ਚੁੱਕਣ ਵਾਸਤੇ ਨਹੀਂ ਸੀ ਉੱਠਦੇ ਹੁੰਦੇ। ਇਹ ਸੱਚੀ ਸਟਰਗਲ ਆਖਦੀ ਹੈ ਕਿ ਇਹਦੀ ਬੇਜਾਈ ਕਰੀ ਜਾਂਦੇ ਵੀ ਆਪਦੇ ਘਰੇ ਉੱਠਦਾ ਹੀ ਨਹੀਂ ਸੀ ਕੋਈ ਬਹਾਦਰੀ ਵਾਲਾ ਕੰਮ ਥੋੜ੍ਹੀ ਨਹੀਂ ਉੱਠਦਾ ਸੀ। ਹੁਣ ਉੱਠ ਗਿਆ ਨਾ ਵਿਚਾਰਾ ਉੱਠ ਕੇ ਮੋਹਾਲੀ ਪਹੁੰਚ ਗਿਆ ਇਹ ਤਾਂ ਚੰਡੀਗੜ੍ਹ ਦੱਸਦਾ ਮੈਂ ਤਾਂ ਫਿਰ ਵੀ ਮੋਹਾਲੀ ਆਖੀ ਜਾਂਦਾ ਰਹਿੰਦਾ ਖੜ੍ਹ 'ਚ ਪਿਆ ਹੋਊਗਾ। ਬੰਦ ਕਰੋ ਰੋਟੀਆਂ ਤੇ ਪਰਫੈਕਟ ਆ ਹਨਾ ਇਹਨੂੰ ਬੰਦ ਲਾ ਝੱਟ ਜਿਹਨੂੰ ਮੈਂ ਜ਼ਿਆਦਾ ਨਹੀਂ ਖਾਣੀ ਹੈਗੀ। ਹਾਏ ਓ ਰੱਬਾ ਮੇਰਿਆ ਬਸ ਇਹਨਾਂ ਦੇ ਰੋਟੀਆਂ ਵਾਲੇ ਵਲੌਗ ਹੀ ਆਉਣਗੇ ਹੁਣ ਹੋਰ ਕੁਛ ਨਹੀਂ ਆਉਣਾ। ਇੱਕ ਅੱਧਾ ਦਿਨ ਲਾਂਟੇ ਚੱਲ ਗਏ ਮਯੰਕ ਮੈਂ ਲਾਂਟੇ ਆਊਂਗਾ ਮੈਨੂੰ ਚੰਡੀਗੜ੍ਹ ਲਈ ਐਡ ਹੈ ਨਾ ਮੇਰੇ ਨਾਲ ਮੈਨੂੰ ਐਡ ਕਰ ਲਓ ਸਾਰੇ ਇੰਸਟਾਗ੍ਰਾਮ ਅਤੇ ਸਨੈਪਚੈਟ 'ਤੇ ਫਿਰ ਤੁਸੀਂ ਆਖਦੇ ਹੋ ਬਾਈ ਮੈਨੂੰ ਨਾ ਐਕਚੁਅਲੀ ਸਾਰੇ ਜਣੇ ਇੰਸਟਾਗ੍ਰਾਮ ਸਨੈਪਚੈਟ ਮੈਨੂੰ ਪੁੱਛੀ ਜਾਣਗੇ ਮੇਰੇ ਐਂਡ 'ਤੇ ਲਿਖਿਆ ਹੁੰਦਾ ਉੱਥੇ ਮੈਨੂੰ ਫੋਲੋ ਕਰ ਲਓ। ਮੈਂ ਕਿਸੇ ਵੀ ਸ਼ਹਿਰ ਜਾਂਦਾ ਉੱਥੇ ਸਟੋਰੀ ਪਾਉਣਾ ਜਿਹੜੇ ਦੋ ਚਾਰ ਮੇਰੇ ਵੀਰ ਭੈਣ ਭਰਾ ਮਿਲਣ ਵਾਲੇ ਮਿਲ ਲਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਹਾਂ ਸੋ ਐਡ ਕਰ ਲਿਓ ਸਨੈਪਚੈਟ 'ਤੇ ਉੱਥੇ ਸਟੋਰੀ ਪਾਉਣਾ ਹੁੰਦਾ ਫਿਰ ਮੈਂ ਚੰਡੀਗੜ੍ਹ ਆਉਂਦਾ ਮਯੰਕ ਤੈਨੂੰ ਮਿਲਣਾ ਮੈਂ ਚਲੋ ਖੁਰਲੀ 'ਚ ਪਾ ਕੇ ਦੇ ਦੇ ਨਹੀਂ ਨਹੀਂ ਅੱਜ ਤੇ ਸੌਣ ਵਾਲੀ ਗੱਲ ਹੀ ਯਾਰ ਰੱਬ ਦੀ ਸੌਣ ਚੱਲ ਦਿਲ ਘੱਟ ਕਰਨ ਦਾ ਜ਼ਿੰਦਗੀ 'ਚ ਨਾ ਕੁਛ ਮਰਜ਼ੀ ਕਰ ਲਓ ਪਰ ਐਂ ਰੱਬ ਦੀ ਸੌਂ ਨਾ ਖਾਇਆ ਕਰੋ। ਦੱਸ ਰੱਬ ਦੀ ਸੌਂ ਹੈ ਤੁਸੀਂ ਘਰੇ ਮੰਦਰ ਇਸ ਟਾਈਮ ਕੰਮ ਨੂੰ ਬਣਾਇਆ ਵੀ ਸੌਂ ਖਾਈਓ ਧੂਫਲਾਂ ਨਹੀਂ ਕੋਈ ਇੰਪੋਰਟੈਂਟ ਨਹੀਂ ਰੱਬ ਦੀ ਸੌਂ ਆ ਨਾਮ ਜਪ ਨਹੀਂ ਕਰਨਾ ਰੱਬ ਦੀ ਸੌਂ ਆ ਹੱਥ ਤਾਂ ਲੈ ਗੁਰਦੋ ਕਈ ਐਂ ਕਰੀਏ ਨਾ ਲੈ ਗੁਰਦੁਆਰੇ ਕੰਨੀ ਹੱਥ ਕਰਤਾ ਲੈ ਆਹ ਲੈ ਮੰਦਰ ਕੰਨੀ ਹੱਥ ਕਰਤਾ ਉਹ ਐਂ ਕੀ ਹੋ ਜਾਂਦਾ ਕਰਨ ਨਾਲ ਯਾਰ ਮੰਦਰ ਗੁਰਦੁਆਰਾ ਸਾਰੇ ਪਾਸੇ ਹੀ ਹੈ ਹੱਥ ਕਰਨ ਨਾਲ ਕੀ ਤੁਹਾਡੀ ਸੀ 'ਚ ਆ ਗਿਆ ਉਹ ਯਾਰ ਇਹ ਚੀਜ਼ਾਂ ਗਲਤ ਇਹ ਨਾ ਕਰਿਆ ਕਰੋ ਜਵਾਕਾਂ ਵਾਲੇ ਕੰਮ ਹੈ ਤੋ ਰੱਬ ਦੀ ਸੌ ਇਹ ਸੱਚੀ ਇਹ ਕਰੱਚ ਵੀ ਨਹੀਂ ਪੜਿਆ ਮੈਨੂੰ ਲੱਗਦਾ ਤਾਂ ਠੀਕ ਆ ਬਾਕੀ ਮਿੱਤਰੋ ਤੁਸੀਂ ਸਾਰੇ ਜਣੇ ਬਲੌਗ ਵੇਖ ਕੇ ਥੋੜਾ ਪੁੱਠਾ ਸਿੱਧਾ ਨਾ ਸਮਝਿਓ ਸਾਡੇ ਵਿੱਚ ਦੀ ਥੋੜੀ ਜਗ੍ਹਾ ਘੱਟ ਹੈਗੀ ਆ ਇਸ ਕਰਕੇ ਕੂਲਰ ਦੇ ਉੱਤੇ ਥੋੜਾ ਥੋੜਾ ਮਤਲਬ ਓਏ ਭਰਾਵਾ ਅਸੀਂ ਨਹੀਂ ਪੁੱਠਾ ਸਿੱਧਾ ਸਮਝਦੇ ਅਸੀਂ ਹੁਣ ਰੱਬ ਨੂੰ ਥੋੜੀ ਕੁਛ ਬੋਲਾਂਗੇ ਵੀ ਤੁਸੀਂ ਮੰਦਰ ਐਂ ਬਣਾਤਾ ਇਹ ਕੁਛ ਐਂ ਕਰਤਾ ਅਤੇ ਮਯੰਕ ਮੈਂ ਗੱਲ ਕਹਾਂ ਦਿਲੋਂ ਤੁਹਾਡਾ ਦੋਨਾਂ ਦਿਮਾਗ ਸ਼ੁਰੂ ਤੋਂ ਟੋਪਾ ਸੀ ਅਤੇ ਟੋਪਾ ਹੀ ਰਹੂਗਾ ਸਹੀ ਗੱਲ ਕਹਾਂ ਮੈਂ ਜੈਨੂਅਨ ਟੈਂਪਰੇਰੀ ਵਾਸਤੇ ਮੰਦਰ ਬਣਾਇਆ ਹੋਇਆ ਵਾ ਮੰਦਰ ਮੰਦਰ ਹੁੰਦਾ ਟੈਂਪਰੇਰੀ ਨਹੀਂ ਹੁੰਦਾ ਉੱਥੇ ਬਣਾ ਲੈਣਾ ਵਾ ਸੋਹਣਾ ਉੱਥੇ ਲਗਾ ਲੈਣਾ ਠੀਕ ਹੈ ਤੇ ਟੈਂਪਰੇਰੀ ਰੱਬ ਵੀ ਆਖੂਗਾ ਟੈਂਪਰੇਰੀ ਕਿਰਪਾ ਕੀਤੀ ਹੈ ਤੇਰੇ ਤੇ ਮੈਂ ਹਜੇ ਕਿਰਪਾ ਕਰਨੀ ਹੈ ਹਜੇ ਤੂੰ ਲਾਂਤਾ ਹੀ ਖਾ ਲੋਕਾਂ ਕੋਲੋਂ ਨੈਕਸਟ ਵਲੌਗ ਵਿੱਚ ਤੁਹਾਨੂੰ ਮੰਦਰ ਉੱਥੇ ਦਿਖ ਜਾਏਗਾ ਅੱਜ ਮਿੱਤਰੋ ਆਪਾਂ ਲੈ ਆਣਾ ਸੀਗਾ ਪਾਣੀ ਬੜਾ ਇਕੱਠਾ ਹੋਇਆ ਦਾ ਜੀ ਤੇ ਇਸ ਕਰਕੇ ਰਹਿ ਗਿਆ ਅੱਛਾ ਹੈ ਅਸੀਂ ਤੈਰ ਕੇ ਥੋੜੀ ਨਾ ਤੈਰ ਕੇ ਆਓ ਉਹੀ ਨਾ ਥੋੜਾ ਪਾਣੀ ਪੂਣੀ ਚੱਲ ਬਾਰਿਸ਼ ਬੜੀ ਆਈ ਨਾ ਤੇ ਤਾਂ ਕਰਕੇ ਲੈ ਆਏ ਤੈਰਨ ਨੂੰ ਫਿਰਦੇ ਆ ਬਾਕੀ ਮਿੱਤਰੋ ਹੁਣ ਰੋਟੀ ਬਣਾਉਣ ਦੇ ਹੀ ਮਾਨੀ ਠੀਕ ਆ।
ਚੱਲ ਮਾਨੀ ਘਰ ਦੇ ਕੰਮ ਵੀ ਕਰ ਲਓ ਠੀਕ ਆ, ਪਰ ਜਵਾਕਾਂ ਵਾਂਗੂ ਪਾਲਣੀ ਪੈਣੀ, ਉੱਤੇ ਖੜੇ ਰਹੋ। ਇਹ ਤਾਂ ਉਹੀ ਗੱਲ ਆ, ਵਾਸ਼ਰੂਮ ਵੀ ਜਾਵੇ ਬਾਹਰ ਖੜਾ ਹੋਵੇ ਗੇਟ ਕੋਲੇ, ਹੈਗੇ ਹੋ ਨਾ ਹਜੇ ਕੋਈ ਭੂਤ ਆ ਜੂਗਾ, ਹੈਗੇ ਹੋ ਨਾ। ਉਹ ਨਿੱਕੇ ਹੁੰਦੇ ਕਰਦੇ ਨਹੀਂ ਤੁਸੀਂ ਆਪਾਂ ਵੀ ਬਾਥਰੂਮ ਕਰਨ ਜਾਂਦੇ ਸੀ, ਜਵਾਕ ਘਰਦਿਆਂ ਨੂੰ ਬਾਹਰ ਖੜਾ ਲੈਂਦੇ, ਖੜੇ ਰਹੋ ਜਾਇਓ ਨਾ ਜਾਇਓ ਨਾ, ਮੈਂ ਉਹ ਹਿਸਾਬ ਹੈ ਇਹਦਾ ਤਾਂ। ਚਲੋ ਜਵਾਕ चलो अच्छा, सानू नहीं पता सीगा काम हुंदा करन वाला। ओ माय गॉड, सानू तो पता ही नहीं सीगा। एडिटिंग की हुंदी है वैसे, मैं तो स्पेलिंग भी नहीं हुंदे, काम हुंदा करन वाला। चलो हुंदा ही है। मैं कहना सी कि तानू भूख लगी सी वैसे थोड़ी बहुत, पर मुझे नहीं मर्जी। हां भूख तो लगी है, बाकी चलिए अंदर कमरे में। चलो ते बन गई रोटी भी, रोटी खाई है। हां जी चलो खानी है रोटी। ਕਹਿੰਦੇ ਨਾ ਕਈ ਵਾਰੀ ਭੋਰ ਲਿਆ ਕਰੋ, ਵਲੋਗ ਲੰਬਾ ਹੋ ਜਾਂਦਾ। ਇਹ ਇਹਨਾਂ ਕੋਲ ਮਿਕਸੀ ਆ ਬਰੀਕ ਵਾਲੀ, ਗੋਬਿੰਦੇ ਸਰਦਾਰ ਹਾਣੇ ਦੀ ਮਿਕਸੀ ਅੱਧੀ ਇਹਨਾਂ ਨੇ ਲੈ ਲਈ, ਐਵੇਂ ਵੀ ਉੱਥੇ ਸ਼ਿਫਟ ਹੋ ਗਏ ਨਾ ਹੁਣ ਤਾਂ ਕਰਕੇ। ਅਤੇ ਗੋਬਿੰਦੇ ਇਹਨਾਂ ਨੇ ਵੀਡੀਓ ਬਣਾਓ ਤੁਸੀਂ ਜਾ ਕੇ ਓਏ। ਕਹਿੰਦਾ ਰੋਟੀ ਬਣ ਗਈ ਹੈ, ਹਾਂ ਹਾਂਜੀ ਖਾਈਏ, ਹਾਂ ਚੱਲੀਏ ਫਿਰ ਅੰਦਰ, ਹਾਂ ਰੋਟੀ ਖਾਈਏ। ਥੱਥਾਈ ਹੈ ਮਜ਼ਾਕ, ਪਰ ਉਦੋਂ ਤੱਕ ਵੀ ਤੁਹਾਨੂੰ ਇੱਥੇ ਬੈਠੇ ਰਹਿਣਾ ਪੈਣਾ ਥੋੜਾ ਜਿਹਾ। ਪਲੀਜ਼ ਕੋਈ ਨਹੀਂ ਬੈਠੇ, ਤੇ ਮੈਂ ਰੋਟੀ ਪਾ ਕੇ ਲਿਆਉਣੀ ਹੈ। ਠੀਕ ਹੈ ਤੇ ਪਾ ਲਿਆ ਜਾ ਕੇ, ਕਿਉਂਕਿ ਮੈਂ ਆਟਾ ਗੁੰਨਣਾ ਸੀ। ਮੈਂ ਆਟਾ ਗੁੰਦੀ ਹਾਂ, ਮੁੰਦਰੀਆਂ ਮੈਨੂੰ ਦੇ ਦਿੰਦੀ ਸਿੱਧੀਆਂ ਅੰਦਰ ਘੜੇ। ਆ ਤਾਂ ਕੋਈ ਹੋਰ ਲੱਛਣ ਕਰੀ ਜੰਨਾ, ਕੋਈ ਨਹੀਂ ਉਹ ਵੈਸੇ ਮੈਂ ਹੀਰਿੰਗ ਲਾਈਟ ਨੂੰ ਪੈਰ ਲੱਗੀ ਜਾਂਦਾ ਪਿਆ। ਤੇ ਚਲੋ ਫਿਰ ਤੁਸੀਂ ਤਿਆਰੀ ਕਰੋ ਅੰਦਰ ਜਾਣ ਦੀ, ਸਭ ਕੁਝ ਸੈੱਟ। ਤਿਆਰੀ ਕਰਨ ਨੂੰ ਅੰਦਰ ਕੇ ਬੈਗ ਪੈਕ ਕਰਨੇ ਆ? ਕਹਿੰਦੀ ਅੰਦਰ ਜਾਣ ਦੀ ਤਿਆਰੀ ਕਰੋ। ਲੈ ਦੱਸ ਬੂਟ ਬਟ ਪਾ ਕੇ ਜਾਣਾ ਅੰਦਰ ਕਿ ਬੂਟ ਲਾ ਕੇ? ਯਾਰ ਇੱਥੇ ਨਾਲ ਕਮਰਾ ਕੰਧ ਦੇ, ਦੱਸ ਨਿੱਕੀ ਜੀ ਫਲੈਟ ਹੀ ਲਈ ਹੋਣੀ ਤੁਸੀਂ, ਤੁਸੀਂ ਕਿਹੜਾ 4 BHK 'ਚ ਬੈਠੇ ਹੋ ਜਿਹੜਾ ਅੰਦਰ ਜਾਣ ਦੀ ਤਿਆਰੀ ਕਰੋ? ਇਹ ਕਿੱਦਾਂ ਦੀਆਂ ਤਿਆਰੀਆਂ ਕਰਾਈ ਜਾਂਦੀ ਤੂੰ? ਅੱਛਾ ਗਲਾਸ ਭਰ ਲਾ ਪਾਣੀ ਦੇ, ਮੈਂ ਰੋਟੀ ਲੈ ਕੇ ਆਈ। ਠੀਕ ਹੈ ਤੇ ਮੈਂ ਰੋਟੀ ਰੋਟੀ ਪਾ ਕੇ ਲੈ ਆਨੀ ਹਾਂ। ਓਕੇ ਪਾਲਾ ਭਰਾਵਾ ਰੋਟੀ, ਚਲੋ ਆਪਾਂ ਖਾਣ ਲੱਗੇ ਰੋਟੀ। ਤੇ ਉਹ ਗਏ ਨੇ ਫ੍ਰਿਜ ਵਿੱਚ ਦੁੱਧ ਰੱਖਣ, ਜੋ ਕਿ ਮੈਂ ਭੁੱਲ ਗਈ ਸੀ ਜੀ। ਚਲੋ ਦੁੱਧ ਰੱਖਣ ਗਏ ਨੇ, ਦੁੱਧ ਹੀ ਰੱਖਣਾ ਹੁੰਦਾ ਕਿ ਕੁਝ ਹੋਰ ਵੀ ਰੱਖਣਾ ਹੁੰਦਾ? ਦੁੱਧ ਰੱਖਣ ਗਏ ਨੇ, ਚਲੋ। ਠੰਡਾ ਹੋ ਚੁੱਕਿਆ ਸੀ ਵੈਸੇ, ਬਿੱਲੀ ਦੇ ਆਉਣ ਦਾ ਹੈ ਤੇ ਨਹੀਂ ਕੋਈ ਸਾਧਨ ਇਧਰੋਂ ਦੀ, ਪਰ ਫਿਰ ਬਾਹਰ ਰਹਿ ਜਾਣਾ ਸੀ ਕਿ ਪਤਾ ਖਰਾਬ ਹੋ ਜੇ। ਅੱਛਾ ਤੇ ਉਹ ਦੁੱਧ ਰੱਖਣ ਗਏ ਨੇ ਫ੍ਰਿਜ ਵਿੱਚ, ਤੇ ਇੱਥੇ ਹੀ ਕਰਦੇ ਆ ਵਲੌਗ ਦਾ ਐਂਡ। ਜੇ ਵਲੌਗ ਵਧੀਆ ਲੱਗਾ ਹੋਏ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ। ਬਾਕੀ ਤੁਸੀਂ ਕਮੈਂਟਸ ਵਿੱਚ ਮੈਨੂੰ ਦੱਸ ਸਕਦੇ ਹੋ ਕਮੈਂਟਸ ਕਰਕੇ ਕਿ ਅਸੀਂ ਕਿਸ ਕਿਸ ਤਰ੍ਹਾਂ ਦੇ ਵਲੌਗਸ ਬਣਾਈਏ, ਕਿੰਨਾ ਚੀਜ਼ਾਂ ਦੇ ਵਲੌਗ ਬਣਾਈਏ, ਕਿਸ ਰਿਗਾਰਡਿੰਗ ਬਣਾਈਏ। ਅਸੀਂ ਉਹਨਾਂ ਚੀਜ਼ਾਂ ਤੇ ਵੀ ਵਲੌਗਸ ਜ਼ਰੂਰ ਬਣਾਵਾਂਗੇ। ਹਮਾਨੀ ਜੇ ਤੂੰ ਮੇਰਾ ਪ੍ਰੋਗਰਾਮ ਵੇਖਦੀ, ਵੈਸੇ ਤੂੰ ਵੇਖਦੀ ਹੈ, ਮੈਨੂੰ ਪਤਾ ਤੂੰ ਬਹੁਤ ਉਤਾਵਲੀ ਹੈ। ਮੈਂ ਕਹਿੰਦਾ ਤੂੰ ਆਪਦਾ ਚੈਨਲ ਅੱਡ ਬਣਾ, ਕਿਉਂਕਿ ਤੁਹਾਡੇ 2 ਚੈਨਲ ਬਣਨਗੇ, ਫਿਰ ਦੋਨਾਂ ਚੈਨਲਾਂ 'ਤੇ ਡੇਲੀ 2 ਵਲੌਗ ਆਇਆ ਕਰਨਗੇ ਅਤੇ ਮੇਰੇ 2 ਰੋਮਾਂਚਿਕ ਪ੍ਰੋਗਰਾਮ ਆਇਆ ਕਰਨਗੇ, ਕਿਉਂਕਿ ਮੈਂ ਮੇਰੇ ਸਬਸਕ੍ਰਾਈਬਰਾਂ ਦੀ ਡੋਜ਼ ਡਬਲ ਕਰਨ ਲੱਗਿਆਂ। ਰੋਮਾਂਚਿਕ ਪ੍ਰੋਗਰਾਮ ਵੈਸੇ ਤਾਂ ਸਵੇਰੇ ਸ਼ਾਮ ਆ ਹੀ ਜਾਂਦੇ ਆ, ਪਰ ਮੈਂ ਪਰਮਾਨੈਂਟਲੀ ਚੈਲੰਜ ਕਰਨ ਲੱਗਿਆਂ ਰੋਮਾਂਚਿਕ ਪ੍ਰੋਗਰਾਮ। 30 ਦਿਨਾਂ 'ਚ 60 ਰੋਮਾਂਚਿਕ ਪ੍ਰੋਗਰਾਮ ਦਾ ਉਹ ਮੈਂ ਚੈਲੰਜ ਪਤਾ ਨਹੀਂ ਕਦੋਂ ਸ਼ੁਰੂ ਕਰੂੰਗਾ, ਕੀ ਪਤਾ ਮੈਂ ਚੈਲੰਜ ਮੁਕਾ ਦਾਂ ਅਤੇ ਆਖਾਂ ਚੈਲੰਜ ਤਾਂ ਹੋ ਵੀ ਗਿਆ। ਸੋ ਵੇਖਦੇ ਹਾਂ ਕਦੋਂ ਆਉਂਦੇ ਆ ਬਾਕੀ। ਲੋਕਾਂ ਨੇ ਤੈਨੂੰ ਬਲੈਸਿੰਗਸ ਦੇਣੀਆਂ ਸੀ, ਲੋਕਾਂ ਨੇ ਤੇਰੇ ਕੋਲ ਸਿੱਖਣਾ ਸੀ, ਚਾਹੇ ਵਲੌਗਾਂ 'ਚ ਤੂੰ ਖਲਾਰਾ ਹੀ ਪਾਉਂਦਾ। ਵਲੌਗ ਥੋੜ੍ਹੀ ਹੁੰਦੇ, ਰਸੋਈ 'ਚ ਸ਼ੁਰੂ ਕੀਤਾ, ਭਾਂਡੇ ਲਿਆ ਕੇ ਬੈਠਦੇ, ਤੇਰੇ ਵਲੌਗ ਮੁੱਕ ਗਿਆ। ਰੋਟੀ ਬਣਾਉਣ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਸਬਜ਼ੀ ਬਣਾਉਣ ਤੋਂ, 20-25 ਮਿੰਟਾਂ 'ਚ ਵਲੌਗ ਬਣ ਜਾਂਦਾ। ਮੈਂ ਕਹਿੰਦਾ ਖਾਚਾ ਬਿਰਰਾਮ ਗੜੀਆ, ਸਵੇਰ ਤੋਂ ਲੈ ਕੇ ਸ਼ਾਮ ਤਾਂ ਹੀ ਫਿਰਦਾ ਰਹਿੰਦਾ ਵਿਚਾਰਾ। ਉਹ ਨਾ ਕਿਤੇ ਕਲੇਸ਼ ਪਾ ਲਏ ਮੇਰੇ ਨਾਲ, ਉਹ ਮੇਰੇ ਰੋਮਾਂਚਿਕ ਪ੍ਰੋਗਰਾਮ ਨਹੀਂ ਵੇਖਦਾ। ਉਹ ਯਾਰ ਸਹੀ ਗੱਲ ਆ, ਉਹ ਵਲੌਗ ਹੁੰਦੇ ਆ ਸਹੀ, ਮੈਂ ਵੀ ਕਿਸੇ ਵਲੌਗਰ ਨੂੰ ਵੇਖਦਾ, ਪਰ ਮੈਂ ਉਹਦਾ ਨਾਂ ਲਵਾਂ ਕਿ ਨਾ ਲਵਾਂ, ਪਰ ਰਹਿਣ ਦੀਏ। ਉਹ ਹੈ ਵੈਸੇ ਹਿੰਦੀ ਵਲੌਗਰ, ਪਰ ਉਹ ਮੋਟੀਵੇਸ਼ਨਲ ਵਲੌਗ ਆ, ਵਧੀਆ। ਉਹ ਬੰਦੇ ਨੇ ਬਹੁਤ ਸਟਰਗਲ ਕੀਤੀ, ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਲੌਗ ਬਣਾਉਣ ਨੂੰ ਵਲੌਗ ਆਖਦੇ ਆ। ਆਖੇ ਮੈਂ ਮਹਾਨੀ ਨੇ ਸਬਜ਼ੀ ਧਰੀ ਆ, ਮੈਂ ਕੜਛੀ ਮਾਰਨ ਲੱਗਿਆ, ਲਿਆ ਕੇ ਰੋਟੀ ਬੈਠ ਤੇ ਧਰੀ ਅਤੇ ਬਾਏ ਬਾਏ। ਲੈ ਚਲੋ, ਨਹੀਂ ਹੈਗਾ ਕਿ ਹੈ ਨਹੀਂ ਸੀਗਾ? ਆਓ ਅੱਜ ਦੇ ਕਮੈਂਟ ਪੜ੍ਹੀਏ ਯਾਰ, ਕੀ ਆਖਦੇ।
ਗੁੱਸੇ ਹੀ ਹੋ ਜਾਂਦੇ ਯਾਰ ਕਮੈਂਟ ਵਾਲਾ ਤਾਂ ਮੈਂ ਕਦੇ ਕਦੇ ਐਂ ਲੱਗਦਾ ਪੰਗਾ ਹੀ ਲੈ ਲਿਆ ਲੋਕ ਰੁੱਸਣ ਲੱਗ ਗਏ ਬਾਈ ਮੇਰੇ ਕਮੈਂਟ ਨਹੀਂ ਪੜਦਾ ਕਮੈਂਟ ਨਹੀਂ ਪੜਦਾ ਆਹ ਜਿਹੜੀ ਵੀਡੀਓ ਹੈ ਇਹਦੇ ਕਮੈਂਟ ਅਗਲੀ ਛੱਡ ਕੇ ਉਸ ਤੋਂ ਅਗਲੀ 'ਚ ਆਉਣਗੇ ਕਈ ਵਾਰੀ ਐਂ ਵੀ ਹੋ ਜਾਂਦਾ ਸਵਾਹ ਉਹ ਪਤਾ ਨਹੀਂ ਕਿਹੜੀ ਵੀਡੀਓ ਦੇ ਕਮੈਂਟ ਆਏ ਰਿੰਪਲ ਵੀਰੇ ਸਤਿ ਸ਼੍ਰੀ ਅਕਾਲ ਲਵ ਫਰੋਮ ਡੈਨਮਾਰਕ ਓ ਮਾਈ ਗੋਡ ਡੈਨਮਾਰਕ ਇੱਕ ਲੋਕ ਆਖਦੇ ਬਾਹਰਲਿਆਂ ਦੇ ਕਮੈਂਟ ਪੜ੍ਹਦਾ ਭਰਾਵਾ ਸਟਰਗਲ ਬਾਹਰਲੇ ਕਰਦੇ ਹੋ ਅਗਲੇ ਕਮੈਂਟ ਕਰ ਦਿੰਦੇ ਵੱਡੇ ਵੱਡੇ ਹੁਣ ਆਖ ਬਾਈ ਜੀ ਵਿਹਲਾ ਸੀ ਸੁੱਤਾ ਉੱਠਿਆ ਵੀਡੀਓ ਵੇਖੀ ਫਿਰ ਸੋ ਗਿਆ ਫਿਰ ਉੱਠਿਆ ਫਿਰ ਵੀਡੀਓ ਵੇਖੀ ਸੋ ਗਿਆ ਨਹੀਂ ਬਾਈ ਸਾਰਿਆਂ ਦੇ ਪੜ੍ਹਦਾ ਮੈਂ ਵੀਰੇ ਮੈਂ ਇਹੀ ਕਹਿਣਾ ਸੀ ਕਿ ਮੈਨੂੰ ਬਹੁਤ ਵਧੀਆ ਅਤੇ ਸਵੀਟ ਲੱਗਦਾ ਹੋ ਤੁਸੀਂ ਭਾਬੀ ਜੀ ਨੂੰ ਡਿਕਸ਼ਨਰੀ ਕਹਿੰਦੇ ਹੋ ਅਤੇ ਡਿਕਸ਼ਨਰੀ ਹੈ ਨਹੀਂ ਅੱਜ ਸਟੱਡੀ ਸਟਿਲ ਬਾਹਰ ਉਹ ਇੰਨੀ ਵੀ ਫਰੀ ਨਹੀਂ ਕਿ ਸਰ ਦੇ ਉੱਥੇ ਬੈਠੇ ਰਹੇ ਸੋ ਅਤੇ ਉਹ ਵੀ ਬਹੁਤ ਸਵੀਟ ਹੁੰਦਾ ਜਦੋਂ ਭਾਬੀ ਜੀ ਵੀਡੀਓ ਵਿੱਚ ਤੁਹਾਡੀ ਹੈਲਪ ਕਰਦੇ ਨੇ ਹੁੰਦੇ ਨੇ ਵਰਡ ਦੱਸ ਕੇ ਵੀਰੇ ਪਲੀਜ਼ ਵੀਰੇ ਭਾਬੀ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹਿ ਦਿਓ ਵੀਡੀਓ ਚੱਲਦੇ ਚੱਲਦੇ ਜਿਵੇਂ ਇੰਗਲਿਸ਼ ਦਾ ਕੋਈ ਵਰਡ ਪੁੱਛਦੇ ਹੁੰਦੇ ਹੋ ਜਾਂਦੇ ਵੱਸਦੇ ਰਹੋ ਅਡਿਕਟਡ ਯੂਰ ਵੀਰੇ ਮੈਂ ਵੀਰੇ ਤੁਹਾਡੀ ਵੀਡੀਓ ਵਧੀਆ ਡੀ ਗੋਡ ਬਲੈਸ ਯੂ ਪਲੀਜ਼ ਗੰਦਾ ਗੰਦਾ ਨਾ ਬੋਲਿਆ ਕਰੋ ਅਸੀਂ ਰੋਟੀ ਖਾਂਦੇ ਵੀਡੀਓ ਦੇਖਦੇ ਹੁੰਦੇ ਹਾਂ ਇੱਥੇ ਹਿੰਟ ਵੀ ਨਾ ਦਿਆ ਕਰੋ ਥੈਂਕ ਯੂ ਵੀਰੇ ਚਲੋ ਠੀਕ ਆ ਭੈਣੇ ਅੱਜ ਤੋਂ ਬਾਅਦ ਹਿੰਟ ਵੀ ਨਹੀਂ ਦਿੰਦੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਡਿਕਸ਼ਨਰੀ ਵੱਲੋਂ ਸਤਿ ਸ਼੍ਰੀ ਅਕਾਲ ਡਿਕਸ਼ਨਰੀ ਆਪਦੀ ਲਾਈਫ 'ਚ ਬਿਜ਼ੀ ਆ ਕਰਨਾ ਨਾ ਮੈਂ ਸਾਰੀ ਮੈਂ ਆਪਦਾ ਕੀ ਕਹਾਂ ਹੁਣ ਮੈਂ ਆਪਦੇ ਉਹ ਵਲੋਗ ਤਾਂ ਬਣਾਉਣ ਲੱਗਿਆ ਪਰ ਮੈਂ ਕਿਉਂ ਇੰਨੇ ਵੀਡੀਓ ਕਰੂੰਗਾ 50 ਕਿਤੇ ਤੁਹਾਨੂੰ ਮੈਂ ਆਪਦੀ ਲਾਈਫ ਬਾਰੇ ਦੱਸੂੰਗਾ ਮੇਰੇ ਡਿਸੀਜ਼ਨਾਂ ਬਾਰੇ ਮੈਂ ਵੀ ਦੱਸੂੰਗਾ ਵਲੋਗ ਕਿਉਂ ਨਹੀਂ ਪਾਉਂਦਾ ਪਿਆ ਮੈਂ ਦੱਸੂੰਗਾ ਸੋ ਅਗਲਾ ਕਮੈਂਟ ਪੜ੍ਹੀਏ ਵੀਰੇ ਮੈਂ ਤੁਹਾਨੂੰ ਫੋਲੋ ਕਰਦਾ ਜਦੋਂ ਤੋਂ ਤੁਸੀਂ ਦਿੱਲੀ ਵਰਸੀ 50 ਵਾਲੀ ਸੀਰੀਜ਼ ਸਟਾਰਟ ਕੀਤੀ ਸੀ ਤੇ ਰਾਪਲ ਆਹੋ ਜੇ ਸਲਿਊਟ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਤੇਰਾ ਮੈਂ ਕਾਂਗੜਾ ਹਿਮਾਚਲ ਤੋਂ ਬਿਲੋਂਗ ਕਰਦਾ ਤੁਹਾਡਾ ਸਕੈਚ ਵੀ ਬਣਾਇਆ ਸੀ ਬਟ ਫੋਟੋ ਮੈਂ ਕਲੋਜ਼ ਪੋਜ਼ ਵਾਲੀ ਚੂਜ਼ ਕੀਤੀ ਸੀ ਨੈਕਸਟ ਆਰਟ ਔਨ ਦੀ ਵੇ 2013 ਤੋਂ ਪੰਜਾਬ 'ਚ ਬਟ ਹੁਣ ਮੈਂ ਇੱਥੇ ਬਹੁਤ ਘੱਟ ਆਰਟਿਸਟ ਨੂੰ ਫੋਲੋ ਕਰਦਾ ਫੋਲੋ ਮੀਨਸ ਮੋਟੀਵੇਸ਼ਨ ਟਾਈਪ ਯੂ ਆਰ ਵਨ ਆਫ ਦੈਮ ਹੁਣ ਮੈਂ ਇੱਥੇ ਸੰਗਰੂਰ ਕੈਂਸਰ ਹੋਸਪਿਟਲ 'ਚ ਕੰਮ ਕਰਦਾ ਸ਼ੁਕਰੀਆ ਮੇਰਾ ਭਰਾ ਗੋਡ ਬਲੈਸ ਯੂ ਸੋ ਬਹੁਤ ਬਹੁਤ ਧੰਨਵਾਦ ਤੇਰਾ ਦਿੱਲੀ ਵਰਸੀ 50 ਵਾਲੀ ਸੀਰੀਜ਼ ਤੋਂ ਵੇਖਦੇ ਪਏ ਹੋ ਕਈ ਉਦੋਂ ਵੀ ਪਹਿਲਾਂ ਤਾਂ ਜਾਣਦੇ ਆ ਮੈਨੂੰ ਸੋ ਧੰਨਵਾਦ ਮੇਰਾ ਭਰਾ ਅਗਲਾ ਕਮੈਂਟ ਭਾਅ ਜੀ ਤੁਸੀਂ ਬਹੁਤ ਘੈਂਟ ਪ੍ਰੋਗਰਾਮ ਬਣਾਉਂਦੇ ਹੋ ਮੈਂ ਆਪਕਾ ਪ੍ਰੋਗਰਾਮ ਹਰ ਰੋਜ਼ ਦੇਖਤਾ ਮੇਰਾ ਮਦਰ ਡਿਪਰੈਸ਼ਨ 'ਚ ਸੀ ਹਿੰਦੀ ਪੰਜਾਬੀ ਵਿੱਚ ਉਹ ਮੰਮੀ ਡਿਪਰੈਸ਼ਨ ਸੀ ਬਟ ਆਪਕੇ ਪ੍ਰੋਗਰਾਮ ਦੇਖਣ ਨਾਲ ਮੇਰੇ ਮਦਰ ਠੀਕ ਹੋ ਗਿਆ ਬਸ ਤੁਸੀਂ ਹਰ ਰੋਜ਼ ਪਾਇਆ ਕਰੋ ਰੋਮਾਂਚਿਕ ਪ੍ਰੋਗਰਾਮ ਹਰ ਰੋਜ਼ ਪਾਇਆ ਕਰੋ ਮਿਅੰਕ ਦਾ ਪ੍ਰੋਗਰਾਮ ਪਾਇਆ ਕਰੋ ਉਹ ਜ਼ਿਆਦਾ ਵਧੀਆ ਲੱਗਦਾ ਏਂਜਲ ਦੇ ਅਲ ਏਂਜਲ ਦੇਵੀ ਅੱਛਾ ਆਲ ਦੀ ਬੈਸਟ ਇਸ ਤਰ੍ਹਾਂ ਰੋਮਾਂਚਿਕ ਪ੍ਰੋਗਰਾਮ ਪਾਇਆ ਕਰੋ ਭਗਵਾਨ ਆਪਕੋ ਬਹੁਤ ਸਾਰਾ ਪੈਸਾ ਦੇਤਾ ਰਹੇ ਭਾਅ ਜੀ ਮੈਂ ਭਗਵਾਨ ਪੈਸਾ ਦੇ ਤਾਂ ਪੈਸਾ ਪੂਸਾ ਨਹੀਂ ਚਾਹੀਏ ਸੁੱਖ ਸ਼ਾਂਤੀ ਚਾਹੀਏ ਹਮ ਭੁੱਖੇ ਨਹੀਂ ਹਾਂ ਭਾਈ ਕਭੀ ਵੀ ਭਗਵਾਨ ਸੇ ਮੈਂ ਬੜਾ ਭੱਜਿਆ ਮੇਰੀ ਨੀਤ ਬਹੁਤ ਮਾੜੀ ਸੀ ਜੈਨੂਨ ਵਿੱਚ ਗੱਲ ਲੱਗਦਾ ਮੇਰੀ ਇੰਨੀ ਮਾੜੀ ਸੀ ਪੈਸਾ ਲੱਗਿਆ ਹਾਏ ਪੈਸਾ ਆ ਜੇ ਹਾਏ ਪੈਸਾ ਆ ਜੇ ਹਾਏ ਇੱਕ ਐਡ ਮਿਲ ਜੇ ਦੋ ਐਡ ਮਿਲ ਜੇ ਆਹ ਮਿਲ ਜੇ ਉਹ ਮਿਲ ਜੇ ਹੁਣ ਮੈਨੂੰ ਐਡਾਂ ਮਿਲਦੀਆਂ ਮੈਂ ਕਰਦਾ ਨਹੀਂ ਮੈਂ ਜੈਨੂਨ ਵਿੱਚ ਸਹੁੰ ਖਾ ਲਈ ਸੱਚੀ ਗੱਲ ਆਖਦਾ ਦਿਲੋਂ ਚਾਹੇ ਮੈਨੂੰ ਇੱਕ ਐਡ ਦਾ 1,00,000 ਰੁਪਇਆ ਕਿਉਂ ਨਾ ਮਿਲੇ ਇਸ ਚੈਨਲ 'ਤੇ ਮੈਂ ਐਡ ਨਹੀਂ ਕਰੂੰਗਾ ਟ੍ਰੇਡਿੰਗ ਅਤੇ ਬੈਟਿੰਗ ਐਪ ਦੀ ਜ਼ਿੰਦਗੀ 'ਚ ਕਦੇ ਵੀ ਕਿਉਂਕਿ ਮੇਰੇ ਨਾਲ ਫੈਮਲੀਆਂ ਜੁੜੀਆਂ ਵਧੀਆ ਲੋਕ ਜੁੜੇ ਮੈਂ ਨਹੀਂ ਕਰੂੰਗਾ ਬਸ ਮਾਲਕ ਇੱਦਾਂ ਹੀ ਕੰਮ ਤੋਰੀ ਰੱਖੇ ਜਿੱਦਾਂ ਕਿ ਰੋਟੀ ਪਾਣੀ ਵਧੀਆ ਸੁੱਖ ਸ਼ਾਂਤੀ ਰੱਖੇ ਸੋ ਚੱਲਦਾ ਰਹੇ ਆਪਾਂ ਐਡਾਂ ਨਹੀਂ ਕਰਨੇ ਦੂਜੇ ਚੈਨਲ 'ਤੇ ਮੈਂ ਐਡਾਂ ਬਹੁਤ ਟਾਈਮ ਪਹਿਲਾਂ ਸਾਈਨ ਕੀਤੀਆਂ ਸੀ ਜਿਹੜੀਆਂ ਮੈਂ ਹੁਣ ਵੀ ਕਰੀ ਜਾਂਦਾ ਇੱਕ ਅੱਧੀ ਕਦੇ ਕਦੇ ਕਰ ਦਿੰਦਾ ਕਿਉਂਕਿ ਉਹਦੇ ਯੈਲੋ ਡਾਲਰ ਦਾ ਰੋਲ ਰਹਿੰਦਾ ਉਸ ਚੈਨਲ 'ਤੇ ਵੀ ਮੈਂ ਰੋਮਾਂਚਿਕ ਪ੍ਰੋਗਰਾਮ ਟਾਈਪ ਹੀ ਕੰਟੈਂਟ ਲਿਆਊਂਗਾ ਹੁਣ ਮੈਂ ਰੋਸਟਿੰਗ ਰੋਮਾਂਚਿਕ ਪ੍ਰੋਗਰਾਮ ਟਾਈਪ ਕਰਿਆ ਕਰੂੰਗਾ ਬਟ ਉਹ ਹੈੱਡਫੋਨ ਵਾਲੀ ਰੋਸਟਿੰਗ ਕਰਿਆ ਕਰੂੰਗਾ ਉਹ ਵੀ ਜ਼ਰੂਰੀ ਹੈ ਹੁਣ ਸੋ ਤਾਂ ਕਰਕੇ ਉੱਧਰ ਮੇਰਾ ਥੋੜ੍ਹਾ ਰੋਲਾ ਚੱਲਦਾ ਮੇਰੀ ਵੀਡੀਓ ਘੱਟ ਆਉਂਦੀਆਂ ਪਰ ਉੱਧਰ ਵੀ ਆਉਣਗੀਆਂ ਰੁਕਣ ਨਹੀਂ ਲੱਗਿਆ ਮੈਂ ਪੈਸਾ ਨਹੀਂ ਚਾਹੀਏ ਬਾਈ ਸੁੱਖ ਸ਼ਾਂਤੀ ਚਾਹੀਏ ਔਰ ਆਪ ਲੋਕੋ ਕਾ ਪਿਆਰ ਚਾਹੀਏ ਸਾਰੇ ਐਂ ਬੋਲਦੇ ਆ ਪਰ ਪੈਸਾ ਚਾਹੀਏ ਪਰ ਰੋਟੀ ਪਾਣੀ ਜੋਗਾ ਚਾਹੀਏ ਲੋਕਾਂ ਵਾਂਗੂ ਭੁੱਖ ਨਹੀਂ ਚਾਹੀਏ ਕਿ ਇਹ ਵੀ ਆ ਜੇ ਉਹ ਵੀ ਆ ਜੇ ਉਹ ਨਹੀਂ ਚਾਹੀਏ ਭੱਜੋ ਨਾ ਪੈਸੇ ਮਗਰ ਤੁਸੀਂ ਜ਼ਿੰਦਗੀ ਮਗਰ ਭੱਜੋ ਆਪਦੇ ਫਿਊਚਰ ਪਲੈਨਸ 'ਤੇ ਕੰਮ ਮਗਰ ਭੱਜੋ ਪੈਸਾ ਆਪੇ ਤੁਹਾਡੇ ਮਗਰ ਭੱਜੂਗਾ ਤੂੰ ਆਖੇਂਗਾ ਓਏ 1,00,000 ਇੱਧਰੋਂ ਓਏ 5,00,000 ਇੱਧਰੋਂ ਉਹ ਨਹੀਂ ਓਏ ਮੇਰਾ ਗਵਾਂਢ ਵੀ ਵੇਖਦਾ ਉਹਨਾਂ ਨੇ ਆਖੇ ਇੰਨੇ ਪੈਸੇ ਇੰਨੇ ਵੀ ਨਹੀਂ ਕਮਾਉਂਦਾ ਮੈਂ ਮੇਰਾ ਰੋਟੀ ਪਾਣੀ ਚੱਲਦਾ ਮੈਂ ਮਾੜਾ ਮੋਟਾ ਮਹੀਨੇ ਮੱਸਿਆ ਕੋਈ ਪੀਜ਼ਾ ਪੂਜਾ ਜਾਂ ਹੋਰ ਕੁਛ ਖਾ ਲੈਂਦਾ ਪਰ ਹੁਣ ਤਾਂ ਮੇਰਾ ਬੰਦ ਆ ਪਰ ਮੈਂ ਕਦੇ ਕਦੇ ਮਤਲਬ ਨੋਰਮਲ ਚੀਜ਼ਾਂ ਖਾ ਲੈਂਦਾ ਜਾਂ ਮੈਂ ਹਫ਼ਤੇ 'ਚ ਦੋ ਵਾਰੀ ਜੂਸ ਪੀ ਲੈਂਦਾ ਉਹ ਵੀ ਬਹੁਤ ਆ ਮੇਰੇ ਲਈ ਮੈਨੂੰ ਨਹੀਂ ਇੰਨੇ ਪੈਸੇ ਚਾਹੀਦੇ ਅਗਲਾ ਰਿੰਪਲ ਵੀਰੇ ਤੁਹਾਨੂੰ 6 ਸਾਲ ਤੋਂ ਦੇਖ ਰਹੇ ਹਾਂ ਬਹੁਤ ਮਿਹਨਤ ਕੀਤੀ ਪੁਰਾਣੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਇੱਕ ਸੀਨ ਨਹੀਂ ਭੁੱਲਦਾ ਵੀਡੀਓ ਜਦੋਂ ਤੁਸੀਂ ਇੰਚੀ ਟੇਪ ਨਾਲ ਜ਼ਮੀਨ ਨਾਪ ਕੇ ਦੱਸੀ ਸੀ ਸਹੇਲੀ ਨੂੰ 16 ਕਿੱਲੇ ਆ ਮੇਰੇ ਕੋਲ ਸਹੁਰਾ ਡੈਡੀ ਕੋਲ ਹਾਂ ਸਹੇਲੀ ਮਤਲਬ ਉੱਦਾਂ ਵੀਡੀਓ 'ਚ ਸੀਨ ਸੀਗਾ ਸਹੇਲੀ ਟਾਈਪ ਇਹ ਨਹੀਂ ਕਿ ਅਸਲੀ ਸਹੇਲੀ ਸੀ ਮੇਰੀ ਜਾਂ ਕੋਈ ਵੀ ਇੱਦਾਂ ਉਹ ਮੈਂ ਸੀਨ ਸੀਗਾ ਮੇਰਾ ਹਾਂਜੀ ਕਿੰਨੇ ਕਿੱਲੇ ਜ਼ਮੀਨ ਹੈ ਮੈਂ ਇੰਚ ਟੇਪ ਨਾਲ ਨਾਪਿਆ ਟੇਲਰ ਦਾ ਕੰਮ ਕਰਦਾ ਸੀ 16 ਕਿੱਲੇ ਜ਼ਮੀਨ ਮੇਰੇ ਕੋਲ ਆ 16 ਪਾਪਾ ਕੋਲ 8 ਕਿੱਲੋ ਇੰਟਰਲੋਕ ਦੇ ਚਲੋ ਐਂ ਜੇ ਕੋਈ ਸੀਨ ਸੀਗਾ ਸੋ ਵਧੀਆ ਲੱਗਿਆ ਕਮੈਂਟ ਪੜ੍ਹ ਕੇ ਅੱਜ ਦੇ ਉਹ ਅੱਗੇ ਵੀ ਪਿਆ ਹਜੇ ਭਰਾਵਾ ਕਮੈਂਟ ਹੀ ਬੜੇ ਆ ਗਏ ਹਾਏ ਵੀਰੇ ਸਿਰਾ ਹੀ ਕਰ ਛੱਡਿਆ ਤੁਸੀਂ ਲਵ ਫਰੋਮ ਐਂਡ ਰਿਸਪੈਕਟ ਫਰੋਮ ਜਲੰਧਰ ਤੁਹਾਡਾ ਇੱਕ ਰੋਮਾਂਚਿਕ ਪ੍ਰੋਗਰਾਮ ਮੰਮੀ ਨੂੰ ਦਿਖਾਇਆ ਮੰਮੀ ਉਦੋਂ ਦੇ ਤੁਹਾਡੇ ਫੈਨ ਬਣ ਗਏ ਅਤੇ ਹੁਣ ਕਹਿੰਦੇ ਆ ਕਿ ਉਹ ਮੁੰਡਾ
ਤੇ ਕਿੱਥੇ ਗਿਆ ਮੁੰਡੇ ਦੇ ਜਿਹੜੇ ਵਾਲ ਬੰਨ ਕੇ ਰੱਖਦਾ, ਅੱਛਾ ਬੰਨ ਕੇ ਰੱਖਦਾ, ਹਾਸੇ ਬਹੁਤ ਪਾਉਂਦਾ। ਬਾਈ ਜੀ ਤੁਸੀਂ ਗੱਲਾਂ ਵੀ ਬਹੁਤ ਸੋਹਣੀਆਂ ਸਿਖਾਉਂਦੇ ਹੋ, ਸੱਚੀ ਟੱਚਵਰਡ ਤੁਹਾਨੂੰ ਨਜ਼ਰ ਨਾ ਲੱਗੇ, ਇਸੇ ਤਰ੍ਹਾਂ ਹੀ ਬੈਸਟ ਵੀਡੀਓ ਬਣਾਉਂਦੇ ਰਹੋ, ਤੁਹਾਡੀ ਪਰਸਨਲ ਡਿਕਸ਼ਨਰੀ ਨੂੰ ਦੇਖਣ ਨੂੰ ਬੜਾ ਜੀ ਕਰਦਾ ਆ। ਗੋਡ ਬਲੈਸ ਯੂ ਐਂਡ ਯੂਅਰ ਵਾਲ ਫੈਮਿਲੀ, ਥੈਂਕ ਯੂ ਜੀ ਸੋ ਮੱਚ। ਪਰਸਨਲ ਡਿਕਸ਼ਨਰੀ ਨੂੰ ਮੈਂ ਦਿਲੋਂ ਆਖਦਾ ਕਿ ਦਿਲੋਂ ਆਖਦਾ ਪਰਸਨਲ ਡਿਕਸ਼ਨਰੀ ਨੂੰ ਸੋਸ਼ਲ ਮੀਡੀਆ ਨਹੀਂ ਪਸੰਦ, ਮੈਂ ਦੱਸਾਂ ਚਾਹਵਾਂ ਤਾਂ ਮੈਂ ਵੀ ਵਲੋਗ ਬਣਾ ਸਕਦਾ, ਕਪਲ ਵਲੋਗਰ ਵਾਂਗੂ ਸਮਝਦੇ ਹੋ, ਮੈਂ ਵੀ ਗੁਜ਼ਾਰਾ ਪਾ ਸਕਦਾ, ਮੇਰੇ ਵੀ ਲੱਖ ਲੱਖ ਵਿਊ ਆ ਸਕਦੇ, ਪਰ ਨਹੀਂ, ਪਰਸਨਲ ਡਿਕਸ਼ਨਰੀ ਨੂੰ ਸੋਸ਼ਲ ਮੀਡੀਆ ਨਹੀਂ ਪਸੰਦ ਹੈ, ਪਰ ਰਿੰਪਲ ਰਿੰਪਸ ਪਸੰਦ ਹੈ। ਹੈ ਨਹੀਂ ਅੱਜ ਸਿੱਕਰੀ ਕਿੱਥੋਂ ਆ ਗਈ ਕਿ ਹੋਰ ਕੁਛ ਹੈ। ਅਗਲਾ ਕਮੈਂਟ ਪੜ੍ਹੀਏ, ਵੀਰੇ ਮੈਂ ਸਿਕਿਉਰਟੀ ਸ਼ਿਫਟ 'ਤੇ ਓਵਰ ਟਾਈਮ ਲਾ ਰਹੀ ਸੀ, ਬਹੁਤ ਨੀਂਦ ਆ ਰਹੀ ਸੀ ਰਾਤ ਨੂੰ ਹੁਣੀ 2 ਵਜੇ ਆ ਸੋਚਿਆ ਕਿ ਤੁਹਾਡਾ ਰੋਮਾਂਚਿਕ ਪ੍ਰੋਗਰਾਮ ਦੇਖਾਂ ਅਤੇ ਨੀਂਦ ਲੈ ਗਈ। ਸੱਚੀ ਵੀਰੇ ਬਹੁਤ ਵਧੀਆ ਕੰਮ ਕਰਦੇ ਹੋ ਵੀਰੇ, ਮਿਹਕ ਦਾ ਵਲੋਗ ਆ ਗਿਆ ਅਤੇ ਆਹ ਪਾ ਕੇ ਬਣਾ ਕੇ ਰੱਖੇ ਚਿੜ ਦੇ ਗੁਲ ਤੁਸੀਂ, ਇਹ ਕੋਈ ਕਹਿੰਦਾ ਨੀਂਦ ਆ ਜਾਂਦੀ ਹੈ ਰੋਮਾਂਚਿਕ ਪ੍ਰੋਗਰਾਮ ਵੇਖ ਕੇ, ਕੋਈ ਕਹਿੰਦਾ ਨੀਂਦ ਲੈ ਜਾਂਦੀ ਹੈ। ਸੋ ਸ਼ੁਕਰਗੁਜ਼ਾਰ ਆ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ, ਜਿਹੜੇ ਰੋਮਾਂਚਿਕ ਪ੍ਰੋਗਰਾਮ ਵੇਖਦੇ ਹੋ ਬਸ ਇੱਦਾਂ ਹੀ ਜੁੜੇ ਰਹੋ ਅਤੇ ਰੋਮਾਂਚਿਕ ਕਰਦੇ ਆ ਰਿਹਾ ਕਰਾਂਗੇ। ਸੋ ਸਾਰਿਆਂ ਨੂੰ ਧੰਨਵਾਦ। ਡਿਪਰੈਸ਼ਨ ਦਾ ਧਿਆਨ ਰੱਖਿਆ ਕਰੋ ਸਾਰੇ ਜਣੇ, ਜਿਨ੍ਹਾਂ ਨੂੰ ਵੀ ਹੁੰਦਾ ਡਿਪਰੈਸ਼ਨ, ਡਿਪਰੈਸ਼ਨ ਨਹੀਂ ਹੁੰਦਾ ਪਾਠ ਕਰਿਆ ਕਰੋ, ਸੋਸ਼ਲ ਮੀਡੀਆ ਛੱਡ ਕੇ ਰੱਬ ਦੇ ਨਾਲ ਜਿੰਨਾ ਲੈਣਾ ਲੈ ਲਓ, ਇਹੀ ਕੰਮ ਆਉਣਾ, ਇਹ ਨਹੀਂ ਬਚਾਉਣਾ ਤੁਹਾਨੂੰ। ਮੈਂ ਪਹਿਲਾਂ ਰੱਬ ਦੇ ਨਾਲ ਹੀ ਲੈਂਦਾ ਸੀ, ਹੁਣ ਮੈਂ 3 ਕੁ ਸਾਲਾਂ ਤੋਂ ਲੈਣ ਲੱਗਿਆ ਅਤੇ ਸੌਖਾ ਕੀਤਾ ਹੋਇਆ ਵਾਹਿਗੁਰੂ ਨੇ। ਸੋ ਥੈਂਕ ਯੂ ਸੋ ਮੱਚ। ਅਤੇ ਅੱਗੇ ਮੇਰਾ ਇੰਸਟਾਗ੍ਰਾਮ ਅਤੇ ਸਨੈਪਚੈਟ ਆਊਗਾ, ਐਡ ਕਰ ਲਿਓ, ਫਿਰ ਆਖਿਓ ਬਾਈ ਸਾਡੇ ਸ਼ਹਿਰ ਆਇਆ ਸੀ, ਦੱਸਿਆ ਨਹੀਂ, ਅਸੀਂ ਮਿਲਣਾ ਸੀ ਤੈਨੂੰ, ਚੰਡੀਗੜ੍ਹ ਆ ਰਿਹਾ ਮਿਅੰਕੀ ਮੈਂ ਜਲਦੀ, ਦਾਦੀ ਤੇਰਾ ਫਲੈਟ ਕਿੱਥੇ, ਹੋਰ ਟਿੰਡੇ ਤੋਰੀਆਂ ਕੱਦੂ ਕਰੇਲੇ ਲੈ ਕੇ ਆਉਣੇ ਹੋ ਦਾਦੀ।